बिहारी पुरिया सत श्रीकाल जी ठीक ठाक पहुँच गए भरा ने बुलाया हो पहुंची ना हो चिड़े बा दलजीत उन्होंने हों पे मैच होर फिर ठीक है तुम सुनाओ सेहत पहुँच गए फोन किया दिमाग च आ गई मैं करिए फोन भाई का फोन आया तो किया यार ओदी वीडियो लापे ही बनाउण मैं अपने दी उदे दी उदे मल्ली वाले हां तू आए थे परसों जद परसों हां यार बाले ही हालात ओदे यार मुंडे बेचारे दे है ना बड़ी वाले भाई हालात अपने यार के जाए बेचारा कर है ना ये आजकल कई बने ना बाले हालात ना अपन कई बंदे दा पता ही नहीं लगदा भाई कई बड़े तो भाई बाले गरीबा घरों जदा सही गल बाले ज्यादा बंदे खेड़दे बंदे जज नहीं करदे हुंदे भी बंदा तगड़ा वा के ਪਤਾ ਕੀ ਚੱਕਰ ਆ ਯਾਰ ਪਲੇਅਰ ਨੂੰ ਗਰਾਊਂਡ 'ਚ ਖੇਡਦਾ ਦੇਖਦੇ ਆ ਉਹ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਦੇ ਪਿੱਛੇ ਕੀ ਆ ਇਹਨਾਂ ਦੀ ਜ਼ਿੰਦਗੀ ਆ ਹਨਾ ਇਹ ਨਹੀਂ ਪਤਾ ਭਾਈ ਵਿਚਾਰੇ ਗਰੀਬ ਪਲੇਅਰ ਜਿਹੜੇ ਘਰੋਂ ਉੱਠ ਕੇ ਖੇਡਦੇ ਆ ਗਰੀਬ ਕੋ ਬਣ ਜੂ ਸਾਡਾ ਵੀ ਇਹ ਚੱਕਰ ਆ ਦਿਹਾੜੀ ਤੇ ਪਲੇਅਰ ਭਾਈ ਗਾਣੇ ਅਲੀ ਆ ਕੰਮ ਕਰਕੇ ਇੱਕ ਤੇਲ ਲੈ ਕੇ ਆ ਜਾ ਤੂੰ ਬਹੁਤ ਸੀ ਲੈ ਰਹਿੰਦਾ ਪਲੇਅਰ ਵੀ ਭਾਜੀ ਪੈਸੇ ਸਿਰ ਤੇ ਬਣ ਹੁੰਦਾ ਅੱਜ ਕੱਲ ਹੈ ਅੱਜ ਪੈਸਾ ਹੋਊਗਾ ਪਲੇਅਰ ਬਣ ਹੋਣਾ ਨਹੀਂ ਤਾਂ ਭਾਜੀ ਨਹੀਂ ਸਹੀ ਗੱਲ ਆ ਇਕੱਲੇ ਭਾਜੀ ਮਿਹਨਤ ਨਾਲ ਪੈਸੇ ਤੋਂ ਬਿਨਾਂ ਜ਼ਿੰਦਗੀ ਵੀ ਹੈ ਨਹੀਂ ਬੰਦੇ ਹੈ ਪੈਸੇ ਤੋਂ ਬਿਨਾਂ ਜ਼ਿੰਦਗੀ ਵੀ ਹੈ ਨਹੀਂ ਬੰਦੇ ਜ਼ਿੰਦਗੀ ਚਿੜੇ ਬਾਗ ਨੂੰ ਪਤਾ ਹੀ ਆ ਬਹੁਤ ਨਾਲ ਰਹੂਗਾ ਭਾਜੀ ਤੁਹਾਨੂੰ ਵੀ ਕਿਸੇ ਫੋਨ ਤੋਂ ਫੋਨ ਕੀਤਾ ਤੁਹਾਨੂੰ ਕਿਸੇ ਫੋਨ ਤੋਂ ਫੋਨ ਕੀਤਾ ਅਸੀਂ ਫੋਨ ਅੱਛਾ ਆਪਣੇ ਨੰਬਰ ਤੋਂ ਇਸੇ ਕਰਕੇ ਨਹੀਂ ਕੀਤਾ ਇਸੇ ਕਰਕੇ ਕੀਤਾ ਫੋਨ ਖਰਾਬ ਭਾਈ ਨੂੰ ਬਾਹਰ ਨਹੀਂ ਭੇਜਦਾ ਸਤਿ ਸ਼੍ਰੀ ਅਕਾਲ ਵੀਰੇ ਭਾਜੀ ਕਿਦਾਂ ਠੀਕ ਠਾਕ ਮੇਰੇ ਭਰਾ ਆ ਲੋਕੇਸ਼ਨ ਭੇਜਤੀ ਸੀ ਤੁਹਾਡਾ ਨੰਬਰ ਸੀ ਉਹ ਹਾਂਜੀ ਹਾਂਜੀ ਅੱਛਾ ਅੱਛਾ ਅਲੀ ਦੱਸੂਗਾ ਇਹਦੇ ਚ ਮੰਤਰ ਪੜਨਾ ਹੁੰਦਾ ਕਿਹੜਾ ਮੁੰਡਾ ਕਮੈਂਟਰੀ ਦੱਸੋ ਹੋਰ ਭਾਈ ਠੀਕ ਠਾਕ ਦੱਸੋ ਕਮੈਂਟਰੀ ਕਰ ਕੇ ਬਾਪੂ ਭਾਜੀ ਕਬੱਡੀ ਖੇਡਦਾ ਹੁੰਦਾ ਹੈਗਾ ਅੱਛਾ ਜਿੱਦਾਂ ਪੂਰੀ ਹੋ ਗਈ ਉਹ ਡੈਥ ਹੋ ਗਈ ਬੰਦਾ ਬਹੁਤ ਵਧੀਆ 2014 ਵਿੱਚ ਨਾਮ ਕੀ ਅੰਕਲ ਦਾ ਕਾਲਾ ਖਾਨ ਵਾਲੀ ਕਾਲਾ ਖਾਨ ਵਾਲੀ ਆ ਇਹ ਉਹਦਾ ਸੁਪੁੱਤਰ ਮੈਂ ਉਹਨਾਂ ਦਾ ਮੁੰਡਾ ਭਾਜੀ ਉਹਨਾਂ ਨੇ ਨਹੀਂ ਕਿਹਾ ਹੀ ਕਹਿੰਦੇ ਕਿ ਬਸ ਕਬੱਡੀ ਖੇਡੂਗਾ ਜਦੋਂ ਆਪਣੇ ਜਿੱਦਾਂ ਇੰਡਲਾ ਟਾਈਮ ਸੀਗਾ ਉਹਨਾਂ ਦਾ ਕਹਿੰਦੇ ਕਿ ਨਾ ਕਰਦੀ ਮੇਰਾ ਦੁਨੀਆ ਤੇ ਬਸ ਆਪਾਂ ਉਹਨਾਂ ਦੇ ਹੁਣ ਬੋਲਾਂ ਦੇ ਨਾਲ ਤੁਰੇ ਜਾਂਦੇ ਭਾਜੀ ਅੰਕਲ ਵੀ ਖੇਡਦੇ ਰਹੇ ਹਾਂਜੀ ਭਾਜੀ ਮੇਰੇ ਡੈਡੀ ਆਪਣੇ ਸਾਰੇ ਦੇਸ਼ਾਂ 'ਚ ਖੇਡ ਕੇ ਆਏ ਜਿੱਦਾਂ ਸਾਰਿਆਂ 'ਚ ਅੱਛਾ ਹਾਂਜੀ ਆਸਟ੍ਰੇਲੀਆ ਨਹੀਂ ਖੇਡੇ ਬਾਕੀ ਸਾਰੇ ਦੇਸ਼ਾਂ ਦੁਬਈ ਕੈਨੇਡਾ ਇੰਗਲੈਂਡ ਬਾਕੀ ਹੁਣ ਮਾਲਕ ਹੱਥ ਹੁਣ ਆਪਾਂ ਲੱਗੇ ਹੋਏ ਉਹਨਾਂ ਦੇ ਪੈਰਾਂ ਜਿੱਦਾਂ ਕਹਿੰਦੇ ਆ ਤੁਸੀਂ ਆਪਣੇ ਕਲੱਬਾਂ 'ਚ ਵੀ ਖੇਡਦੇ ਕਿ ਪਿੰਡ ਪੱਧਰ ਹੀ ਆ ਹਾਂਜੀ ਭਾਜੀ ਨਹੀਂ ਕਲੱਬਾਂ 'ਚ ਵੀ ਖੇਡਦਾ ਮੈਂ ਜਿੱਦਾਂ ਹੁਣ ਨਕੋਦਰ ਵੱਲੋਂ ਵੀ ਖੇਡਿਆ ਅੱਛਾ ਹਾਂਜੀ ਆ ਗਿਆ ਹੁਣ ਜਿੱਦਾਂ ਜਿਹਦਾ ਫੋਨ ਆ ਜਾਂਦਾ ਵੀ ਚੱਲ ਜਾਈਦਾ ਭਾਜੀ ਖੇਡਣ ਆਪਾਂ ਕਦੀ ਮਿਲੇ ਨਹੀਂ ਨਾ ਮੈਨੂੰ ਵੀ ਨਹੀਂ ਇੰਨਾ ਜ਼ਿਆਦਾ ਪਤਾ ਪਲੇਅਰਾਂ ਬਾਰੇ ਹੈ ਨਾ ਨਹੀਂ ਨਹੀਂ ਕੋਈ ਗੱਲ ਥੋੜਾ ਹੋ ਜਾਂਦਾ ਹੈ ਹੈ ਆਪਣੇ ਬਾਰੇ ਵੀ ਨਹੀਂ ਪਤਾ ਤੁਹਾਡੇ ਬਾਰੇ ਤਾਂ ਪਤਾ ਮਾਰਾ ਹੈ ਤੁਹਾਡੇ ਬਾਰੇ ਤਾਂ ਪਤਾ ਰੌਣ ਬਣਾਉਣੀ ਚਾਹੀਦੀ ਆ ਵੀ ਪਲੇਅਰਾਂ ਨੂੰ ਪਲੇਅਰਾਂ ਨੂੰ ਦੇਖਦੇ ਨਹੀਂ ਇਹ ਚੀਜ਼ਾਂ ਹੁਣ ਦੇਖ ਮੇਰੇ ਖਿਆਲ ਨਾਲ ਸਾਰੀਆਂ ਟੀਮਾਂ ਟਿੱਬਾ ਸੀਗਾ ਸਦਾ 1 ਵਜੇ ਪਹੁੰਚ ਗਏ ਹੋਊਗੇ ਹੁਣ ਭਾਜੀ ਜੇ ਕਿਸੇ ਪਲੇਅਰ ਦੇ ਸੱਟ ਲੱਗ ਗਏ ਜਦੋਂ 4 ਵਜੇ ਮੈਚ ਸ਼ੁਰੂ ਹੋ ਮੰਨ ਲਓ ਕਿਸੇ ਪਲੇਅਰ ਦੇ ਸੱਟ ਲੱਗ ਗਈ ਨਾ ਕਮੇਟੀ ਵਾਲਿਆਂ ਨੇ ਕੁਝ ਨਹੀਂ ਕਹਿਣਾ ਕਹਿਣਾ ਲੱਗ ਗਈ ਠੀਕ ਹੈ ਕੋਈ ਨਹੀਂ ਜਾਓ ਪਹਿਲਾਂ ਕਮੇਟੀ ਨੂੰ ਇਹ ਦੱਸਿਆ ਇਹਦਾ ਵੀ ਤੁਸੀਂ ਗਰਾਊਂਡ ਬਣਾਓ ਗਰਾਊਂਡ ਤਾਂ ਵਧੀਆ ਖਰਚਦੇ ਆ ਟੂਰਨਾਮੈਂਟਾਂ ਦੇ ਪਹਿਲਾਂ ਗਰਾਊਂਡ ਬਣਾਉਣੀ ਚਾਹੀਦੀ ਆ ਮੇਨ ਗਰਾਊਂਡ ਆ ਭਾਈ ਸਾਲ ਬੜੀ ਗਰਾਊਂਡ ਖਰਾਬ ਸੀ ਭਾਜੀ ਹੈ ਇੱਕ ਦਿਨ ਪਿਛਲੇ ਸਾਲ ਖੇਡੇ ਗਰਾਊਂਡ ਬਹੁਤ ਖਰਾਬ ਸੀ ਐਰਕੀ ਕਿਦਾਂ ਐਰਕੀ ਠੀਕ ਹੀ ਆ ਲੱਗਦਾ ਠੀਕ ਹੈ ਐਰਕੀ ਮੀਂਹ ਪਿਆ ਖੋਬਾ ਹੀ ਬੜਾ ਇੱਕ ਰਚ ਕੜਚ ਕਰਦੀ ਗਰਾਊਂਡ ਯਾਰ ਗਰਾਊਂਡ ਵਧੀਆ ਹੋਊਗੀ ਤੇ ਪਲੇਅਰ ਦਾ ਪ੍ਰਦਰਸ਼ਨ ਵੀ ਵਧੀਆ ਹੋਊਗਾ ਸਾਰਾ ਸਾਲ ਆਪਾਂ ਮਿਹਨਤ ਕਰਕੇ ਫੇਰ ਖੇਡਦੇ ਹਾਂ ਨਾ ਭਾਜੀ ਤੇ ਜਦੋਂ ਉਹ ਇਦਾਂ ਗਰਾਊਂਡ ਵਿੱਚ ਸੱਟ ਲੱਜ ਨਹੀਂ ਫੇਰ ਦਿਲ ਟੁੱਟ ਜਾਂਦਾ ਬੰਦੇ ਦਾ ਹੁਣ ਭਾਈ ਉਹ ਦੇਖ ਲਓ ਕਿੱਦਾਂ ਫੇਰ ਉੱਠਿਆ ਦੁਬਾਰਾ ਹਨਾ ਉੱਥੇ ਵੀ ਮੁੰਡੇ ਸੱਟ ਲੱਗ ਗਈ ਦੇਖ ਲੈ ਕੇ ਕਮੇਟੀ ਮੈਂਬਰ ਨੇ ਗੱਡੀ ਨਹੀਂ ਕੱਢੀ ਕੱਢਣੀ ਚਾਹੀਦੀ ਸੀ ਉੱਥੇ ਖੇਡਦੇ ਸੀ ਆਪਾਂ ਆਹੋ ਸਹੀ ਗੱਲ ਉੱਥੇ ਕਿੱਥੇ ਭਲਾ ਕਿਹਨੇ ਨਹੀਂ ਕੱਢੇ ਮੈਂ ਲੈ ਕੇ ਮੈਂ ਫਾਈਨਲ ਮੈਚ ਵੀ ਨਹੀਂ ਖੇਡਿਆ ਭਾਜੀ ਗੱਲ ਸਿੱਧੀ ਆ ਉਹਨਾਂ ਨੇ ਭਾਈ ਦੇ ਘੋੜੇ ਭਿਆਉਣੇ ਉਹਨਾਂ ਨੇ ਦੇਖਣਾ ਬਸ ਉਹਨਾਂ ਨੇ ਆਪਣਾ ਫਨ ਸ਼ਾਨ ਦੇਖਣਾ ਕੀ ਵਧੀਆ ਚੜ੍ਹਦੇ ਸੂਰਜ ਨੂੰ ਚਪੇੜਾਂ ਚਪੇੜਾਂ ਦੇਖਣੀ ਉਹਨਾਂ ਕਿਹਦੇ ਪਈਆਂ ਜਾਂਦੀਆਂ ਬਸ ਸਹੀ ਗੱਲ ਸਹੀ ਗੱਲ ਨਹੀਂ ਜਿਹੜੇ ਪਾ ਤਗੜੇ ਦਾ ਹਰ ਕੋਈ ਮਾਤਾ ਮਾੜੇ ਦਾ ਯਾਰ ਸਹੀ ਗੱਲ ਆ ਨਾ ਭਾਜੀ ਉਹਨਾਂ ਨੇ ਥੋੜਾ ਦੇਖਣਾ ਕਿ ਪਲੇਅਰ ਦੇ ਸੱਟ ਲੱਗ ਗਈ ਕੋਈ ਨਹੀਂ ਦਾ ਨਾ ਉਹਨਾਂ ਨੇ ਕੁਛ ਇਦਾਂ ਕਰਨਾ ਹਨਾ ਯਾਰ ਕਿਸੇ ਨੂੰ ਕੋਈ ਮਤਲਬ ਨਹੀਂ ਦਾ ਬਿਲਕੁਲ ਭਾਜੀ ਜਿੰਨਾ ਟਾਈਮ ਤੱਕ ਨਾਲ ਆ ਜਿੰਨਾ ਟਾਈਮ ਬਸ ਚੜ੍ਹਦੀ ਗੁੱਡੀ ਆ ਉਦੋਂ ਤੱਕ ਹੀ ਆ ਮਾਝੇ ਆਪਣੇ ਕਿੱਦਾਂ ਰਿਹਾ ਮੈਚ ਫਿਰ ਉਦੋਂ ਠੀਕ ਸੀ ਭਾਜੀ ਬਾਬਾ ਘੱਟ ਖਾਧੀ ਉਦੋਂ ਹੈ ਬਾਬਾ ਘੱਟ ਖਾਧੀ ਉਦੋਂ ਅੱਛਾ ਮੈਚ ਹਲੇ ਇਦਾਂ
ਲੱਗੂ ਥੋੜਾ ਕ ਟਾਈਮ ਜਾਣ ਹੋਏ ਨਾ ਸੈਟ ਪ੍ਰੈਸ਼ਰ ਚ ਵੀ ਹੈਗਾ ਹਲੇ ਥੋੜਾ ਬਹੁਤ ਹਨਾ ਨਹੀਂ ਨਹੀਂ ਹੋਏ ਨਾ ਹੋ ਜਾਣਾ ਤਾਂ ਠੀਕ ਆ ਅੱਗੇ ਨੂੰ ਕੁਛ ਹਾਂ ਹੁਣ ਸਹੀ ਆ ਹੁਣ ਕੀੜਾ ਫੇ ਆਊਗਾ ਗਰਾਉਂਡਾਂ ਵਿੱਚ ਉਹ ਹੀ ਭਾਈ ਹੋਈ ਟਾਈਮ ਦੁਬਾਰਾ ਪ੍ਰੈਸ਼ਰ ਚ ਨਹੀਂ ਰਹਿਣ ਦਿੰਦੇ ਇਹਨੂੰ ਨਹੀਂ ਮਾਰ ਪਰਮਾਤਮਾ ਦਾ ਅੰਦਰ ਉਸ ਦੇ ਦੇਵੇ ਬਿਲਕੁਲ ਸੱਟ ਪੇੜ ਤਾਂ ਦੂਰ ਰੱਖੇ ਭਾਜੀ ਹੋਰ ਪਲੇਅਰ ਨਹੀਂ ਕੁਛ ਕਹਿੰਦਾ ਪਲੇਅਰ ਇਦਾਂ ਆ ਭਾਜੀ ਸਾਲ ਇੱਕ ਮਾੜਾ ਖੇਡ ਲਵੇ ਸੱਟ ਨਾ ਲੱਗੇ ਪਲੇਅਰ ਸਹੀ ਗੱਲ ਇੱਕ ਸਾਲ ਮਾੜਾ ਇੱਕ ਜੀ ਨੂੰ ਉਡਾਉਂਦਾ ਭਾਈ ਇੱਥੇ ਪਜਾਏ ਨੇ ਪਰਮਾਤਮਾ ਨੇ ਤਕੜਾ ਕੀਤਾ ਹਨਾ ਬੰਦਾ ਸਹੀ ਰਵੇ ਵੀ ਜਾਣ ਦਾ ਬਾਲਾ ਥਲੇ ਆ ਡੈਪ ਵੀ ਹਾਂ ਇਹ ਬੰਦੇ ਤਕੜਾ ਨਾ ਹੋਇਆ ਜਾਵੇ ਤਰੱਕੀ ਜਦੋਂ ਜਿੰਨੀ ਕੁ ਦਿੰਦਾ ਵਾ ਫਿਰ ਉਹਦੇ ਲੈਵਲ ਤੱਕ ਰੱਖੇ ਉਹਨੂੰ ਜਦੋਂ ਬੰਦਾ ਥੱਲੇ ਡੈਪ ਹੁਣ ਭਾਜੀ ਆਪਣੇ ਮੈਂ 2 ਮਹੀਨੇ ਪਹਿਲਾਂ ਮੇਰੇ ਸੱਟ ਲੱਗੀ ਮੋਢੇ 'ਤੇ ਪੂਰਾ ਵਧੀਆ ਖੇਡਦੇ ਸੀਗੇ ਕਿਸੇ ਨੇ ਨਹੀਂ ਪੁੱਛਿਆ ਕਿਸੇ ਕੋਚ ਦਾ ਫੋਨ ਨਹੀਂ ਆਇਆ ਕਿ ਠੀਕ ਹੈ ਕਿ ਨਹੀਂ ਚਲੋ ਜਿਹੜੇ ਯਾਰ ਦੋਸਤ ਉਹਨਾਂ ਨੇ ਚਲੋ ਕਰਨਾ ਹੀ ਸੀਗਾ ਕਿ ਕੋਚ ਦਾ ਨਹੀਂ ਫੋਨ ਆਇਆ ਜਦੋਂ ਹੁਣ ਸੈੱਟ ਹੋ ਗਿਆ ਹੁਣ ਸਾਰੇ ਫੋਨ ਕਰਦੇ ਇੱਥੇ ਮੈਚ ਖੇਡਣਾ ਇੱਥੇ ਮੈਚ ਖੇਡਣਾ ਉਹਨਾਂ ਨੇ ਭਾਈ ਦੇ ਘੋੜੇ ਭਿਆਉਣੇ ਭਾਜੀ ਭਾਜੀ ਆਪਣਾ ਫੋਨ ਖਰਾਬ ਆ ਭਰਾ ਜਿਹੜੇ ਬੰਦੇ ਵੀ ਮੇਰਾ ਮੈਸੇਜ ਸੁਣ ਰਹੇ ਆ ਵੀ ਸਾਰਿਆਂ ਨੂੰ ਇਹੀ ਬੇਨਤੀ ਆ ਸੀ ਭਰਾ ਗੱਲ ਤਾਂ ਨਹੀਂ ਹੁੰਦੀ ਫੋਨ ਖਰਾਬ ਆ ਉੱਤੇ ਆਵਾਜ਼ ਨਹੀਂ ਜਾਂਦੀ ਭਾਜੀ ਯਾਰ ਸਹੀ ਹੋਣਾ ਨਾ ਵੀਰੇ ਜਿੱਦਾਂ ਹੁਣ ਤੁਸੀਂ ਮੈਚ ਖੇਡਣ ਆਏ ਹਨਾ ਇੱਕ ਮੈਂ ਉਹਨੂੰ ਵੀ ਪੁੱਛਿਆ ਸੀ ਉਹਦੇ ਮੱਲੀ ਵਾਲੇ ਨੂੰ ਹਾਂਜੀ ਆਪਣੇ ਨੂੰ ਕਿੰਨਾ ਕੁ ਖਰਚਾ ਆ ਜਾਂਦਾ ਤੁਹਾਡਾ ਭਾਜੀ ਹੁਣ ਦੇਖ ਲਓ ਆਪਣੇ ਖਰਚਾ ਤਾਂ ਭਾਜੀ ਘਰੋਂ ਤੁਰ ਜਾਂਦਾ ਹੀ ਆ ਤੁਰਦੇ ਆ ਖਰਚਾ ਸ਼ੁਰੂ ਆ ਜਦੋਂ ਘਰੋਂ ਤੁਰ ਪਏ ਪਲੇਅਰ ਬੰਦਾ ਤੇਲ ਭਾਜੀ ਆਪਣਾ ਟੇਪਾਂ ਪਾਵਾਂ ਆਪਣੇ ਤੇ ਬਾਅਦ ਚੋਂ ਕੀ ਪਤਾ ਮਿਲਣਾ ਕਿ ਨਹੀਂ ਮਿਲਣਾ ਮੋਰੇ ਪੈਸੇ ਕਈ ਵਾਰੀ ਕੋਲੋਂ ਵੀ ਲਾ ਜਾਂਦੇ ਆ 2000-1500 ਦਾ ਤੇਲ ਲੱਗ ਜਾਂਦਾ ਨਹੀਂ ਮੰਨ ਲਓ ਤੁਸੀਂ ਨਾ ਕੁਆਟਰ ਖੇਡੇ ਆ ਹਾਂਜੀ ਹਨਾ ਤੇ ਕੁਆਟਰ ਦੀ ਕਿੰਨੀ ਤੁਹਾਨੂੰ ਮਿਲੂ ਫੀਸ ਕੁਆਟਰ ਭਾਜੀ ਉਹ ਫਿਰ ਉਸ ਹਿਸਾਬ ਨਾਲ ਹੁੰਦਾ ਜਿੱਦਾਂ ਕਮੇਟੀ ਦੇ ਹਿਸਾਬ ਨਾਲ ਕਮੇਟੀ ਨੂੰ ਜਾਂ ਗੱਲ ਕੀਤੀ ਹੋਵੇ ਫੇਰ ਭਾਜੀ ਦੇਂਦੇ ਆ ਨਹੀਂ ਫਿਰ ਮਿਹਨਤਾਂ ਤਾਂ ਪਾਉਣ ਦੀ ਪਾਉਂਦੇ ਹੀ ਆ ਹਨਾ ਪਿੰਡ ਪੱਧਰ ਖੇਡਦੇ ਭਾਜੀ ਆਪਾਂ ਹਨਾ ਪਿੰਡ ਪੱਧਰ ਖੇਡਦੇ ਉਹਦੇ ਵਿੱਚ ਆ ਰੈਸਕੀ ਆ ਇੱਕ ਹਿਸਾਬ ਦਾ ਜੂਆ ਹੀ ਆ ਸਹੀ ਗੱਲ ਕਿ ਨਹੀਂ ਭਾਜੀ ਹੁਣ ਜਿੱਦਾਂ ਸਰਦੀਆਂ ਆ ਇਹਦੇ ਵਿੱਚ ਚਲੋ ਫੇਰ ਵੀ ਮਿਲ ਜਾਂਦਾ ਸਾਰਾ ਕੁਛ ਤੇਲ ਮਿਲ ਜਾਂਦਾ ਫੇਰ ਵੀ ਤੇਲ ਮਿਲ ਜਾਂਦਾ ਜੋ ਆਪਣੇ ਖਰਚਾ ਮਾੜਾ ਮੋਟਾ ਮਿਲ ਜਾਂਦਾ ਪਰ ਹੁਣ ਭਾਜੀ ਪਲੇਅਰ ਨੇ ਤਾਂ ਖੇਡਣਾ ਹੀ ਆ ਪਲੇਅਰ ਨੇ ਹੁਣ ਆਪਣਾ ਘਰ ਤਾਂ ਚਲਾਉਣਾ ਹੀ ਕਿਸੇ ਹਿਸਾਬ ਨਾਲ ਸਹੀ ਗੱਲ ਠੀਕ ਨਹੀਂ ਹੁਣ ਭਾਜੀ ਆ ਹੁਣ ਕਿਸੇ ਹਿਸਾਬ ਨਾਲ ਘਰ ਤਾਂ ਚਲਾਉਣਾ ਹੀ ਆ ਸਾਰੇ ਭਾਜੀ ਪਲੇਅਰ ਕੋਈ ਤਖੜਾ ਨਹੀਂ ਹੁੰਦਾ ਘਰੋਂ ਆਪਣੇ ਇਕੱਲੇ ਬੰਦੇ ਦਾ ਖਰਚਾ ਹੈ ਨਹੀਂ ਜਦੋਂ ਬੰਦਾ ਵਿਆਹ ਜਾਂਦਾ ਖਰਚੇ ਬਹੁਤ ਹੋ ਜਾਂਦੇ ਇਹ ਭਾਜੀ ਇਹ ਤਾਂ ਹੁਣ ਸਮਝਦਾ ਚੀੜਾ ਦਾ ਇਸ ਗੱਲ ਨੂੰ ਮਜਬੂਰੀ ਨੂੰ ਖੇਡਣਾ ਪੈਣਾ ਸਹੀ ਗੱਲ ਕਿ ਨਹੀਂ ਬਾਕੀ ਸਤਾਜ ਆਪਣਾ ਚੱਲ ਗਿਆ ਵਾ ਹਾਂਜੀ ਸਤਾਜ ਚੀੜੇ ਦਾ ਆਪਣਾ ਚੱਲ ਗਿਆ ਬਾਹਰ ਹਮਣਾ ਰੁੜ ਕੇ ਵਾਲਾ ਉਹਨੇ ਚੱਕਿਆ ਸਤਾਜ ਨੂੰ ਆਹੋ ਉਦੋਂ ਦੱਸਦਾ ਸੀ ਭਾ ਵੀਡੀਓ ਚ ਉਹ ਅਮਨ ਚੱਲ ਗਿਆ ਉਹ ਬਾਹਰ ਚੱਲ ਗਿਆ ਭਾਈ ਉਹਨੇ ਬਹੁਤ ਸਲਾਈ ਤਾਂ ਹੁੰਦਾ ਤਾਂ ਉਹਨਾਂ ਨੇ ਇਹ ਦੁਬਾਰਾ ਪੰਜਾ ਚੱਟਾ ਸੁੱਟਾ ਬਾਦ ਰਿਹਾ ਇਕੱਲੇ ਹੀ ਕਿੱਡਣ ਲੱਗੇ ਦੁਬਾਰਾ ਹੁਣ ਮੜੇ ਹੀ ਸੈੱਟ ਸੁੱਟ ਹੋਈ ਭਾਈ ਕਿੱਡਣ ਕੋਈ ਕਾਜ ਨਹੀਂ ਭਾਈ ਬਹੁਤਾ ਨੰਬਰ ਉਹ ਸਲਾਮਾ ਨੰਬਰ ਲੈਂਦੇ ਨੇ ਸਲਾਮਾ ਲੈ ਕੇ ਨਹੀਂ ਸਾਨੂੰ ਪਤਾ ਹੀ ਆ ਕਿੰਨੇ ਤਗੜੇ ਖੇਡੇ ਕੋਚਾਂ ਨੂੰ ਭਾਜੀ ਇਹ ਆ ਜਿਹੜਾ ਬੰਦਾ ਨੰਬਰ ਲੈਂਦਾ ਜਿਹਦੀ ਉਂਗਲੀ ਖੜੀ ਆ ਬਸ ਠੀਕ ਆ ਉਹਨੂੰ ਫੋਨ ਕਰੋ ਹੁਣ ਕਈ ਵਾਰੀ ਪਲੇਅਰ ਭਾਜੀ ਹੁਣ ਆਪਾਂ ਆ ਹੁਣ ਮੈਂ ਮੰਨ ਲਓ ਮੈਨੂੰ ਨਹੀਂ ਜੱਫਾ ਲੱਗਾ ਅਗਲੇ ਦਿਨ ਫੋਨ ਨਹੀਂ ਕਰਨਾ ਪਲੇਅਰ ਕੋਚ ਨੇ ਉਹ ਕੋਈ ਕਰੂਗਾ ਜਿਹੜਾ ਹੈਗਾ ਕਿ ਜਿਹੜਾ ਮਾੜਾ ਮੋਟਾ ਜਾਣਦਾ ਉਹ ਬੰਦਾ ਕਰੂਗਾ ਕਹਿਣਾ ਕੋਈ ਨਹੀਂ ਨਾਲ ਚੱਲ ਆ ਬੰਦਾ ਨਵਾਂ ਆਪਣਾ ਉੱਠ ਰਿਹਾ ਮੁੰਡਾ ਇਹ ਬੰਦਾ ਵਧੀਆ ਪੂਰਾ ਫਿੱਟ ਹੈ ਇਸ ਟਾਈਮ ਇਹ ਕਿੱਥੋਂ ਦਾ ਭਾਈ ਇਹ ਮਾਧੋਪੁਰ ਦਾ ਵਧੀਆ ਰੇਡਰ ਆ ਵਧੀਆ ਬਿਲਕੁਲ ਅੱਛਾ ਕੁਆਲਿਟੀ ਪੂਰੀ ਹੈ ਬਾਕੀ 10 ਸਾਲ ਆਉਣ ਵਾਲੇ ਦਿਨਾਂ ਵਿੱਚ ਹੋਊਗਾ ਸੈੱਟ ਭਾਜੀ ਬਾਬਾ ਮੇਰੇ ਸੈੱਟ ਹੈ ਉਦਾਂ ਦਾ ਪੂਰਾ ਕੁਆਲਿਟੀ ਵਧੀਆ ਹੈ ਨਵਾਂ ਆ ਸ਼ੋਅ ਹੋ ਗਿਆ ਜਿੱਦਾਂ ਵਧੀਆ ਸਟਾਰਟ ਕਰੇਗਾ ਕੁਝ ਮਾਲਕ ਆਤੀ ਆ ਪਹਿਲਵਾਨੀ ਮਿਹਨਤ ਕਰਦਾ ਲੱਗਦਾ ਹਾਂਜੀ ਭਾਈ ਕਰਸ਼ ਇਹਦੀ ਧੋਣ ਹੀ ਦੱਸਦੀ ਪਈ ਆ ਉਹਨੂੰ ਪਹਿਲਵਾਨੀ ਮਿਹਨਤ ਹੀ ਕਹਿੰਦੇ ਪਹਿਲਵਾਨੀ ਮਿਹਨਤ ਹੀ ਕਹਿੰਦੇ ਉਹਨੂੰ ਉਸਤਾਦ ਕੱਲਾ ਘੋਲਣਾ ਨਹੀਂ ਕਰਦਾ ਗਰਮੀਆਂ ਵਿੱਚ ਕਾਫੀ ਮਿਹਨਤ ਕੀਤੀ ਬੰਦੇ ਨੇ ਹੈ ਗਰਮੀਆਂ 'ਚ ਕੈਂਪ ਲਾਇਆ ਸੀਗਾ ਅੱਛਾ ਆਪਣੇ ਨਵਾਜੀਪੁਰ ਹਾਂ ਹਾਂ ਉੱਥੇ ਰਹੇ ਅਸੀਂ 5-6 ਮਹੀਨੇ ਉੱਥੇ ਮਿਹਨਤ ਭਾਈ ਲਾਈ ਉਸਤਾਦ ਕੋ ਪੰਮੇ ਕੋ ਹਾਂਜੀ ਹਾਂਜੀ ਮੈਂ ਵੀ ਲਾਉਣੀ ਆ ਗਰਮੀ ਸਾਰੀਆਂ ਉੱਥੇ ਰਹੇ ਉੱਤੇ ਭਾਈ ਪਰ ਜਿੱਦਾਂ ਮਰਜ਼ੀ ਆਪਣੇ ਦੁਆਬੇ ਏਰੀਆ ਦਾ ਸਭ ਤੋਂ ਵਧੀਆ ਕੈਂਪ ਮੰਨਿਆ ਜਾਂਦਾ ਬੜੀ ਮਿਹਨਤ ਤਗੜੀ ਭਾਈ ਉਹ ਚੰਡ ਕੇ ਕਰੋਦਾ ਮਿਹਨਤ ਹਰਿਆਣੇ ਵਾਲੇ ਵੀ ਆਉਂਦੇ ਆ ਪੰਮਾ ਉਸਤਾਦ ਚੰਡ ਕੇ ਕਰੋਦਾ ਮਿਹਨਤ ਭਾਈ ਮਿਹਨਤ ਅਪ੍ਰੈਲ ਤੋਂ ਲੱਗ ਜਾਣਾ ਕੈਂਪ ਅਪ੍ਰੈਲ 3-4 ਤੋਂ ਇੱਕ ਦਿਨ ਮਾਤਾ ਜਦੋਂ ਠੀਕ ਨਹੀਂ ਸੀ ਉਦੋਂ ਹੀ ਹੋਇਆ ਸੀ
ਮਾਤਾ ਦੇ ਕਰਕੇ ਟੈਨਸ਼ਨਾਂ ਭਾਈ ਜੀ ਤੈਨੂੰ ਪਤਾ ਕਰਦੀਆਂ ਟੈਨਸ਼ਨਾਂ ਮਾਰ ਲੈਂਦੀਆਂ ਬੰਦੇ ਨੂੰ ਹੁਣ ਆਪਣੇ ਸਿਰ ਤੇ ਬਾਪੂ ਹੈ ਨੀਗਾ ਸਾਨੂੰ ਪਤਾ ਹੀ ਕਿੱਦਾਂ ਕਰਦੇ ਆਪਣਾ ਹਿਸਾਬ ਤਾਂ ਹਨਾ ਕਰਨਾ ਤਾਂ ਪੈਣਾ ਹੀ ਆ ਭਾਜੀ ਤੁਹਾਡੇ ਅੰਦਰ ਆਪਣੇ ਆਪ ਪੈ ਗਿਆ ਸੀ ਸ਼ੌਂਕ ਕਿ ਅੰਕਲ ਨੇ ਕਿਹਾ ਕਬੱਡੀ ਖੇਡਣ ਨਹੀਂ ਭਾਜੀ ਉਹਨਾਂ ਨੇ ਕਿਹਾ ਸੀ ਜਿੱਦਾਂ ਬੈਡ ਤੇ ਪਏ ਸੀਗੇ ਜਿੱਦਾਂ ਕਹ ਲਓ ਵੀ ਆਖਰੀ ਸਾਹ ਸੀਗੇ ਉਹਨਾਂ ਦੇ ਮੈਨੂੰ ਕਹਿੰਦੇ ਕਿ ਮੇਰਾ ਨਾਂ ਕਰਦੀ ਦੁਨੀਆ ਦੇ ਅੱਛਾ ਭਾਜੀ ਇਹ ਗੱਲ ਕਹੀ ਉਹਨਾਂ ਨੇ ਕਿ ਨਾਂ ਕਰਦੀ ਦੁਨੀਆ ਦੇ ਬਸ ਕਾਲਾ ਕਾਲਾ ਹੋਣਾ ਚਾਹੀਦਾ ਤਾਂ ਆਪਾਂ ਭਾਜੀ ਕਰਾਉਂਦੇ ਵੀ ਆ ਜਿੱਥੇ ਆਪਾਂ ਜਾਂਦੇ ਕਾਲੇ ਦਾ ਮੁੰਡਾ ਆਉਂਦਾ ਭਾਜੀ ਖੁਸ਼ੀ ਹੁੰਦੀ ਕਹਿੰਦੇ ਜਦੋਂ ਕਿਉਂਕਿ ਭਾਜੀ ਜਿੰਨੀ ਦੇਰ ਜੇ ਭਾਜੀ ਉਹ ਹੁੰਦੇ ਨਾ ਇਸ ਟਾਈਮ ਇੱਥੇ ਮੈਂ ਪਤਾ ਨਹੀਂ ਕਿੱਥੇ ਦੇ ਕਿੱਥੇ ਪਹੁੰਚ ਜਾਣਾ ਕੋਈ ਸਿਰ 'ਤੇ ਕੋਚ ਹੀ ਆ ਕਿਸ ਹਿਸਾਬ ਦਾ ਆਪਣਾ ਪੇ ਆ ਨਾ ਸਾਰਾ ਕੁਛ ਹੀ ਆ ਆਪਣੇ ਲਈ ਆਪਾਂ ਮੰਨਦੇ ਵੀ ਡਰ ਵੀ ਹੁੰਦਾ ਬੰਦੇ ਦਾ ਕਹਿਣਾ ਕਿੱਦਾਂ ਕਰ ਉੱਦਾਂ ਕਰ ਮਿਹਨਤ ਵੀ ਲਵਾਉਣੀ ਉਹਨਾਂ ਨੇ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚਣਾ ਸਹੀ ਗੱਲ ਕਿ ਨਹੀਂ ਭਾਜੀ ਜੇ ਸਿਰ 'ਤੇ ਹੁੰਦੇ ਤਾਂ ਤੁਸੀਂ ਆਪ ਹੀ ਖੇਡਦੇ ਦੇਖੇ ਹੋਏ ਅੰਕਲ ਹਾਂਜੀ ਭਾਜੀ ਆਪਣੇ 2007-08 ਵਿੱਚ ਮੈਂ ਦੇਖੇ ਵਧੀਆ ਖੇਡਦੇ ਹੁੰਦੇ ਪਿੰਡ ਆਪਣੇ ਕਿਹੜੀ ਕਿਹੜੀ ਕੰਟਰੀ ਗਏ ਸੀ ਪਾਪਾ ਉਹ ਕੈਨੇਡਾ ਇੰਗਲੈਂਡ ਭਾਜੀ ਅਤੇ ਇਟਲੀ ਯੂਰਪ ਅਤੇ ਆਪਣੇ ਡੁਬਈ ਆਸਟ੍ਰੇਲੀਆ ਨਹੀਂ ਗਏ ਆਸਟ੍ਰੇਲੀਆ ਤਾਂ ਵੀਜ਼ਾ ਨਹੀਂ ਲੱਗਦਾ ਜੀ ਉਹਨਾਂ ਦਾ ਬਾਕੀ ਸਾਰੀ ਕੰਟਰੀਆਂ 'ਚ ਖੇਡ ਕੇ ਆਏ ਜਿਹੜੇ ਬੰਦੇ ਨੂੰ ਪੁੱਛ ਰਹੇ ਭਾਜੀ ਸਾਰੇ ਇਹ ਕਹਿਣਗੇ ਬੰਦਾ ਬਹੁਤ ਵਧੀਆ ਸੀ ਬੰਦਾ ਬਹੁਤ ਵਧੀਆ ਪਰ ਉਹਨੇ ਭਾਜੀ ਆਪਣਾ ਖਿਲਾਇਆ ਆ ਖਾਧਾ ਨਹੀਂ ਕਿਸੇ ਦਾ ਸਮਾਂ ਮਾੜਾ ਚੰਗਾ ਚੱਲਦਾ ਹੀ ਰਹਿੰਦਾ ਕੋਈ ਗੱਲ ਨਹੀਂ ਅੱਗੇ ਮਾੜਾ ਸੀਗਾ ਹੁਣ ਵਧੀਆ ਚੱਲੀ ਜਾਂਦਾ ਖਰੇ ਸੱਟ ਤੋਂ ਬਾਅਦ ਮੈਂ ਹੁਣ ਹੋਰ ਵਧੀਆ ਖੇਡਣ ਲੱਗ ਪਿੰਡ ਵੱਲੋਂ ਹੈਗੀ ਆ ਸਪੋਰਟ ਹਾਂਜੀ ਭਾਜੀ ਪਿੰਡ ਵੱਲੋਂ ਸਪੋਰਟ ਭਾਜੀ ਤੁਹਾਨੂੰ ਪਤਾ ਕੌਣ ਕਰਦਾ ਦੋ ਤਿੰਨ ਜਾਣੇ ਆ ਆਪਣੇ ਅਤੇ ਜਾਂ ਨੱਥੂ ਚੱਲਦੇ ਆ ਦੋ ਬੰਦੇ ਦੋ ਤਿੰਨ ਜਾਣੇ ਆਪਣੇ ਸੁੱਖੇ ਭਾਜੀ ਹੋਣੀ ਉਹ ਸਪੋਰਟ ਕਰਦੇ ਆਪਣੀ ਪੂਰੀ ਹਾਂਜੀ ਅਮਨੇ ਹੋਣੀ ਆ ਨਾਲ ਉਹ ਅਮੈਰੀਕਾ ਦੇ ਵਿੱਚ ਆ ਬੰਦੇ ਭਾਜੀ ਆਪਣੇ ਅੱਛਾ ਉਹ ਪੂਰੀ ਸਪੋਰਟ ਕਰਦੇ ਆਪਾਂ ਨੂੰ ਮੈਨੂੰ ਵੀ ਕਹਿੰਦੇ ਕਿ ਤੈਨੂੰ ਮੋਟਰਸਾਈਕਲ ਸਨਮਾਨ ਕਰਨਾ ਮੈਂ ਕਿਹਾ ਭਾਜੀ ਮੋਟਰਸਾਈਕਲ ਸਨਮਾਨ ਨਹੀਂ ਲੈਣਾ ਜਿੱਤਣਾ ਹਾਂਜੀ ਸਨਮਾਨ ਨਹੀਂ ਕਰਾਉਣਾ ਮੈਂ ਕਦੀ ਸਨਮਾਨ ਕਰਾਇਆ ਨਹੀਂ ਭਾਜੀ ਆਪਣਾ ਕਿੰਨਾ ਕਹਿੰਦੇ 51,000 ਨਾ ਕਰਦੀ ਭਾਜੀ ਨਹੀਂ ਆਪਾਂ ਨੂੰ ਪੈਸੇ ਕਿੰਨੇ ਸਾਲ ਹੋ ਗਏ ਖੇਡਦੇ ਨੂੰ ਮੈਂ ਭਾਜੀ ਆਪਣੇ ਤੀਜਾ ਸਾਲ ਆ ਅੱਛਾ ਹਾਂਜੀ ਇੱਕ ਸਾਲ ਵਿੱਚ ਮੇਰਾ ਓਪਨ ਤੋਂ ਕੀਤੀ ਸ਼ੁਰੂ ਮੈਂ ਆਪਣੇ ਭਾਜੀ ਆਪਣੇ 17 ਤੋਂ ਸ਼ੁਰੂ ਕੀਤੀ ਸੀਗੀ ਮੇਰੇ ਸੱਟ ਲੱਗ ਗਈ 2 ਫਿਰ ਮੈਂ ਬੈਠ ਤੇ ਰਿਹਾ ਜਦੋਂ ਇੱਕ ਸਾਲ ਲੱਕ ਹੈ ਲੱਗੇ ਮੇਰੇ ਅੱਛਾ ਹਾਂ ਨਾੜ ਪ੍ਰੈਸ ਹੋ ਗਈ ਲੱਕ ਦੀ ਹੁਣ ਤਾਂ ਠੀਕ ਹੈ ਭਾਜੀ ਬਾਬੇ ਜੀ ਮੇਰੇ ਅੱਗੇ ਮੋਢਾ ਨਿਕਲ ਗਏ ਆਪਣੇ 2 ਮਹੀਨੇ ਹੋ ਗਏ ਸੀਗੇ ਝੱਲੀ ਪਾਟ ਗਈ ਸਾਰੀ ਮੋਢੇ ਦੀ ਇੱਧਰੋਂ ਅਤੇ ਹੁਣ ਠੀਕ ਹੈ ਭਾਜੀ ਮਾਲਕ ਦੀ ਮੇਰੇ ਪਿੰਡ ਪੱਧਰ ਭਾਜੀ ਹਨੇਰਾ ਹੋ ਜਾਂਦਾ ਥੋੜ੍ਹਾ ਜਿਹਾ ਜਿੱਦਾਂ ਕਹਿ ਲਈਏ ਨਾ ਕਿ ਉਹ ਹਨੇਰਾ ਕਰ ਦਿੰਦੇ ਹੁਣ ਕਲੱਬਾਂ ਦੇ ਪਤਾ ਕਿ 4-8 ਟੀਮਾਂ ਆ 4 ਮੈਚ ਹੀ ਹੋਣੇ ਆ ਬੰਦਾ 9 ਘਰ 10 ਪਹੁੰਚ ਜਾਂਦਾ ਜੇ ਆਪਾਂ ਪਿੰਡ ਪੱਧਰ ਆ ਭਾਜੀ ਨੂੰ ਬੋਲੋ 2-3 ਬੰਦਾ ਪਹੁੰਚਦਾ ਘਰ ਉਹਨਾਂ ਨੇ ਨਜ਼ਾਰਾ ਲੈਣਾ ਭਾਜੀ ਕਮੇਟੀ ਵਾਲੇ ਨੇ ਉਹਨਾਂ ਨੇ ਇਹ ਨਹੀਂ ਦੇਖਣਾ ਠੰਡ ਆ ਗਰਮੀ ਆ ਕੀ ਆ ਉਹਨਾਂ ਨੇ ਨਜ਼ਾਰਾ ਲੈਣਾ ਆਪਦਾ ਸਹੀ ਗੱਲ ਸ਼ਕਰਪੁਰ ਦੀ ਟੀਮ ਵੱਲੋਂ ਖੇਡੇ ਅਸੀਂ ਅੱਛਾ ਭਾਜੀ ਨਾਲ ਸੀਗਾ ਸਾਡੇ ਇਹਨਾਂ ਨਾਲ ਸਾਡਾ ਸੀਗਾ ਆਪਣੇ ਕੁਆਟਰ ਮੈਚ ਅਸੀਂ ਅੱਧੇ ਇੱਕ ਨੰਬਰ ਤੋਂ ਹਰੇ ਆਪਾਂ ਨਹੀਂ ਦੋਵਾਂ ਜੱਫਿਆਂ ਦਾ ਫਰਕ ਸੀ ਸੁੱਖੀ ਵੀ ਡਰਾਈਵਰ ਤਗੜਾ ਹੀ ਆ ਤੂੰ ਤਾਂ ਆਪਣਾ ਕੰਮ ਕਰ ਹੀ ਦੇਣਾ ਸੀ ਆਇਆ ਮੌਤ ਦਾ ਖੂਹ ਭਰਾ ਮੈਨੂੰ ਅੱਜ ਪਤਾ ਲੱਗਾ ਯਾਰ ਕਾਲੇ ਭਾਈ ਦਾ ਬੇਟਾ ਕਾਲੇ ਭਾਈ ਦਾ ਮੁੰਡਾ ਬਾਕੀ ਯਾਰ ਇੰਨੇ ਸੀਨੀਅਰ ਪਲੇਅਰ ਹੈਗੇ ਆ ਕੋਈ ਨਹੀਂ ਤੂੰ ਭਰਾ ਟੈਨਸ਼ਨ ਨਹੀਂ ਲੈਣੀ ਨਹੀਂ ਆਪਾਂ ਨੂੰ ਕੋਈ ਬਾਪੂ ਜਾਣਦੇ ਬਾਪੂ ਯਾਰ ਨਾਲ ਹੀ ਆ ਉਹਦੀਆਂ ਸਖਾਈਆਂ ਗੱਲਾਂ ਤਾਂ ਹੈਗੀਆਂ ਨਾ ਤੇਰੇ ਕੋਲ ਹਨਾ ਹਾਂ ਭਾਈ ਉਹ ਹੀ ਹੈਗੇ ਆਪਣੇ ਸਾਰੇ ਸਪੋਰਟ ਕਰਦੇ ਆ ਉਮਰ ਥੋੜੀ ਹੈ ਇਹਦੀ ਹੋਏ ਨਾ ਸੈਟ ਇਹਨੇ ਹਾਂ ਉਮਰ ਹਲਕੀ ਹੈ ਹਨਾ ਬਾਕੀ ਮਿਹਨਤ ਬਹੁਤ ਕਰਦਾ ਵਾ ਹੋਏ ਨਾ ਸੈਟ ਇਹਨੇ ਮੈਂ ਵੀ ਵਧੀਆ ਖੇਡਦਾ ਹਾਂ ਸਾਡੀ ਲੱਗ ਗਈ ਸੀ ਪਿਛੇ ਵਿੱਚ ਮੈਚ ਖੇਡਿਆ ਨੇ ਹੁਣ ਇਹਨੇ ਖੇਡਣ ਜਾਣਾ ਨਿਊਜ਼ੀਲੈਂਡ ਵੀ ਅੱਛਾ ਹਾਂ ਨਿਊਜ਼ੀਲੈਂਡ ਗੱਲ ਹੋਈ ਹਾਂਜੀ ਭਾਅ ਜੀ ਵਧੀਆ ਯਾਰ ਉਦੋਂ ਆਪਣੀ ਹਾਈਟ ਵੀ ਵਧੀਆ ਭਰਾ ਦੀ ਪਹਿਲਾਂ ਭਾਅ ਜੀ ਆਪਣੀ ਗੱਲ ਹੋਈ ਸੀਗੀ ਉਦੋਂ ਮੇਰੇ ਸੱਟ ਲੱਗ ਗਈ ਸੀਗੀ ਜਿੱਦਾਂ ਅੱਛਾ ਫਿਰ ਨਹੀਂ ਜਾ ਹੋਇਆ ਮੇਰੇ ਜਿੱਦਾਂ 24 ਨੂੰ ਸੱਟ ਲੱਗੀ 25 ਨੂੰ ਮੈਨੂੰ ਪਤਾ ਲੱਗ ਗਿਆ ਕਿ ਤੇਰਾ ਵੀਜ਼ਾ ਲੱਗ ਗਿਆ ਅੱਛਾ ਹਾਂਜੀ ਭਾਅ ਜੀ ਅਤੇ ਮੈਂ ਇੱਕ ਦਿਨ ਬਾਅਦ ਪਤਾ ਲੱਗਾ ਹਾਂਜੀ ਇੱਕ ਦਿਨ ਅਤੇ ਫਿਰ ਮੈਂ ਭਾਅ ਜੀ ਨਹੀਂ ਗਿਆ ਖੇਡਣਾ ਭਾਈ ਨੂੰ ਪਤਾ ਇਹਦੇ ਨਾਲ ਆਪਣੇ ਸਾਰਾ ਇਹਦੇ ਨਾਲ ਹੀ ਸੀਗਾ ਜਦੋਂ ਮੇਰੇ ਸੱਟ ਲੱਗੀ ਸੀਗੀ ਇਹਨਾਂ ਦੇ ਪਿੰਡ ਹੀ ਲੱਗੀ ਸੱਟ ਅਤੇ ਭਾਈ ਦਾ ਫੋਨ ਆਇਆ ਮੈਂ ਠੀਕ ਨਹੀਂ ਸੀਗਾ ਇਹਨੇ ਅੱਧੀ ਜਮਾਤ 'ਤੇ ਫੋਨ ਕੀਤਾ ਕਹਿੰਦਾ ਖੇਡਣਾ ਪਿੰਡ ਮੈਂ ਕਿਹਾ ਭਾਅ ਜੀ ਕੋਈ ਨਹੀਂ ਖੇਡਾਂਗਾ ਪਤਾ ਨਹੀਂ ਜਿੱਤਿਆ ਵੀ ਮੈਚ ਸਾਰੇ ਮੈਚ ਜਿੱਤੇ ਵਧੀਆ ਖੇਡੇ ਆਪਾਂ ਫਰੰਦੀਪੁਰ ਦੀ ਟੀਮ ਨਾਲ ਮੈਚ ਹੀ ਆਪਣਾ ਫਾਈਨਲ ਹੈ ਨਾ ਭਾਅ ਜੀ ਉਹਨਾਂ ਦਾ
ਭਾਈ ਦੇ ਤਾਂ ਸਾਲ ਗੇਮ ਬੜੀ ਵਧੀਆ ਮੈਂ ਦੇਖੀ ਨਹੀਂ ਭਾਈ ਜੀ ਭਾਈ ਤੁਹਾਨੂੰ ਪਤਾ ਸੱਟਾਂ ਪੇਟਾਂ ਕਰਕੇ ਪਿੱਛੇ ਰਹਿ ਗਏ ਬਾਈ ਕੋਚਾ ਬੱਚਾ ਭਾਈ ਦਾ ਕੰਮ ਹੋਇਆ ਸੀ ਮੁੱਢੇ ਦਾ ਹੀ ਹੋਇਆ ਸੀ ਮੇਰਾ ਵੀ ਅੱਜ ਜਿਹੜਾ ਕਰਾਇਆ ਭਾਈ ਕਿਸੇ ਨੇ ਕੋਈ ਨਹੀਂ ਯਾਰ ਆਪਣੀ ਹੈਲਪ ਆਪ ਹੀ ਕਰਾਇਆ ਭਾਈ ਅੱਛਾ ਆਪਣੇ ਬਾਪੂ ਨੇ ਸਭ ਕੁਝ ਕੀਤਾ ਭਾਈ ਜਿਹੜਾ ਬਾਪੂ ਹੈਗਾ ਉਹਨੇ ਚੱਲ ਕੋਈ ਨਹੀਂ ਟੈਨਸ਼ਨ ਹੂੰ ਆਪਣੀ ਘਰ ਦਾ ਭਾਈ ਤੁਹਾਨੂੰ ਸਪੋਰਟ ਉਹ ਵੀ ਵੇ ਭਾਈ ਦੁਬਾਰਾ ਸੱਟ ਲੱਗ ਗਈ ਵੇ ਦੁਬਾਰਾ ਉਹ ਤਿਆਰੀ ਕੀਤੀ ਹੈ ਬਾਪੂ ਕਹਿੰਦਾ ਕੋਈ ਨਹੀਂ ਖੇਡ ਕਰੀ ਮੈਂ ਕਿਹਾ ਚੱਲ ਆਸੀ ਦੇ ਦਿੰਦੇ ਫਿਰ ਕਿਉਂ ਮਾਰ ਕੇ ਜੋ ਰਿਕਵਰੀ ਹੋ ਗਈ ਸੀ ਉਹਦਾ ਇੰਜਰੀ ਦੀ ਹਾਂ ਭਾਈ ਖੇਡੂਗਾ ਭਾਜੀ ਨੇ ਮਹੀਨੇ ਬਾਅਦ ਫਿਰ ਭਾਈ ਦੁਬਾਰਾ ਸ਼ੁਰੂ ਕੀਤੀ ਹੈ ਅੱਛਾ ਅੱਛਾ ਸਹਿਤਿਆ ਭਾਜੀ ਦੁਬਾਰਾ ਇਹਨਾਂ ਬਾਅਦ ਮੇਹਰ ਕਰੂਗਾ ਬਾਬਾ ਕੋਈ ਨਹੀਂ ਭਾਜੀ ਹੁਣ ਮਾਲਕ ਹੱਥ ਆ ਭਾਈ ਆਪਾਂ ਮਿਹਨਤ ਕਰ ਸਕਦੇ ਨੰਬਰ ਲੈਵਾਂਗੇ ਤੇ ਪੁੱਛਣਾ ਭਾਈ ਹੁਣ ਦੁਬਾਰਾ ਸਹੀ ਗੱਲ ਹੁਣ ਦੁਬਾਰਾ ਵੇ ਕੀਤੀ ਹੁਣ ਸੈਟ ਆ ਕੰਮ ਭਾਈ ਹੁਣ ਆਉਂਦੇ ਦੇਖ ਲੈ ਭਾਜੀ ਇਹਨੂੰ ਪੁੱਛ ਲੈ ਅਸੀਂ ਸਾਡੇ ਦੋਨਾਂ ਨੇ ਸੱਟ ਲੱਗੀ ਹੈ ਟੀਕਾ ਦੋਨਾਂ ਨੇ ਭਰਾ ਮੁੰਡੇ ਟੀਕਾ ਭਰਾਉਣਾ ਪਿਆ ਸਾਨੂੰ ਅੱਛਾ ਕਿਸੇ ਨੇ ਨਹੀਂ ਫੋਨ ਕੀਤਾ ਕਿਸੇ ਨੇ ਫੋਨ ਕੀਤਾ ਯਾਰਾਂ ਦੋਸਤਾਂ ਨੇ ਕੀਤਾ ਜਿਹੜੇ ਚਾਰ ਪੰਜ ਸਾਡੇ ਬੰਦੇ ਸੀਗੇ ਉਹ ਵੀ ਲੈ ਕੇ ਗਏ ਟੀਕਾ ਲਵਾਇਆ ਜੋ ਵੀ ਆਪਣਾ ਨਾਲ ਗਏ ਹੈ ਨਾ ਹੋਰ ਕੋਈ ਬੰਦੇ ਨੇ ਨਹੀਂ ਆਪਣੀ ਸਪੋਰਟ ਕੀਤੀ ਨਾ ਕਿ ਕੋਚ ਦਾ ਫੋਨ ਆਇਆ ਕਿ ਕਹਿੰਦਾ ਠੀਕ ਹੈ ਕਿ ਨਹੀਂ ਠੀਕ ਅਤੇ ਉਹ ਆਪਣੀ ਵੀਰੇ ਟੀਕੇ ਦਾ ਕੋਈ ਨਾ ਸਾਈਡ ਇਫੈਕਟ ਨਹੀਂ ਹੁੰਦਾ ਨਹੀਂ ਭਾਅ ਜੀ ਉਹ ਇੱਥੇ ਮਸਲ ਵਿੱਚ ਜਿਹੜੀ ਹੱਡੀ ਵਿੱਚ ਉਹਦੇ ਵਿੱਚ ਭਰਨਾ ਹੁੰਦਾ ਅੱਛਾ ਹਾਂਜੀ ਭਾਅ ਜੀ ਉਹਦਾ ਨਹੀਂ ਕੋਈ ਸਾਈਡ ਇਫੈਕਟ ਹੁੰਦਾ ਭਾਅ ਜੀ ਭਰਾਉਣਾ ਹੀ ਪੈਣਾ ਭਾਅ ਜੀ ਮੋਢਾ ਨਿਕਲ ਗਿਆ ਝੱਲੀ ਪਾਟ ਗਈ ਆ ਜਿਹੜੀ ਆਪਣੀ ਹੁੰਦੀ ਨਾ ਪਾਟ ਗਈ ਵਿੱਚੋਂ ਸਾਰਾ ਮੋਢਾ ਜਦੋਂ ਨਿਕਲਿਆ ਬਾਂਹ ਜ਼ਿਆਦਾ ਥੱਲੇ ਹੋ ਗਈ ਆ ਮਸਲ ਆਪਣਾ ਖਿੱਚਿਆ ਗਿਆ ਭਾਅ ਜੀ ਸਾਰਾ ਤਕਰੀਬਨ ਵੀਰੇ ਸਾਰੇ ਪਲੇਅਰਾਂ ਦੇ ਜਿੱਦਾਂ ਨਾ ਮਾੜੀਆਂ ਮੋਟੀਆਂ ਸੱਟਾਂ ਜਾਂ ਕਿਸੇ ਦਾ ਆਪਣੇ ਗੋਡਾ ਨਿਕਲਿਆ ਕਿਸੇ ਦਾ ਕਿਸੇ ਦਾ ਮੈਂ ਆਪਣੇ ਜੋਤੇ ਭਾਜੀ ਉਹਨਾਂ ਦਾ ਮੈਚ ਸੀਗਾ ਸਾਡਾ ਮਹਿਮਦਵਾਲ ਨਾਲ ਆਪਣੇ ਦੋ ਲਗਾਤਾਰ ਮੈਂ ਪਹਿਲੀ ਰੇਟ 'ਤੇ ਜੋਤੇ ਭਾਈ ਨੂੰ ਫੜਿਆ ਬਹੁਤ ਖੁਸ਼ੀ ਹੋਈ ਭਾਜੀ ਆਪਣੇ ਬੰਦਿਆਂ ਨੇ ਦੋ ਵਾਰੀ ਜੱਫਾ ਲਾਇਆ ਮੈਨੂੰ ਉਹ ਤੋਂ ਅਗਲੇ ਦਿਨ ਫਿਰ ਮੈਚ ਸਾਡਾ ਜੋਤੇ ਭਾਈ ਨਾਲ ਇਹ ਮੈਂ ਫੜਿਆ ਉਹਨਾਂ ਨੂੰ ਮੈਂ ਕਿਹਾ ਭਾਜੀ ਮੈਂ ਤੇਰਾ ਫੈਨ ਆ ਉਹਦਾ ਕੀ ਗੁੱਸਾ ਨਾ ਕਰੀ ਕਹਿੰਦਾ ਨਹੀਂ ਭਲਵਾਨ ਇਹ ਕਬੱਡੀ ਆ ਇਹਦੇ ਵਿੱਚ ਜਿੱਦਾਂ ਚੱਲਦਾ ਚੱਲਣਾ ਚਾਹੀਦਾ ਯਾਰ ਸੀਨੀਅਰ ਜਿਹੜੇ ਪਲੇਅਰ ਹੁੰਦੇ ਨਾ ਆਪਾਂ ਭਾਜੀ ਦੇ ਸਾਥ ਮਿਲੇ ਨਾ ਹੌਸਲਾ ਮਿਲੇ ਜਦੋਂ ਫੜਿਆ ਭਾਈ ਨੂੰ ਪਹਿਲੀ ਰੇਡ ਉਹਨਾਂ ਨੇ ਪਾਈ ਡੇਢ ਦੀ ਮੇਰੇ ਸਾਹਮਣੇ ਮੈਨੂੰ ਇੰਨੇ ਕੁ ਜਾਣਿਆਂ ਨੇ ਫੋਟੋਆਂ ਕਰੀਆਂ ਇੰਨੀ ਖੁਸ਼ੀ ਹੋਈ ਦਿਲ ਨੂੰ ਨਾ ਕਿ ਹਾਂ ਵੀ ਕੁਛ ਕੀਤਾ ਵਧੀਆ ਪਲੇਅਰ ਨੂੰ ਫੜਾਂਗੇ ਤਾਂ ਭਾਜੀ ਫੇਰ ਨਾ ਹੋਣਾ ਹੁਣ ਜੇ ਆਪਾਂ ਮਾੜੇ ਪਲੇਅਰ ਨੂੰ ਫੜ ਕੇ ਉਂਗਲਾਂ ਖੜੀਆਂ ਕਰੀਏ ਉਹ ਭਾਜੀ ਗੱਲ ਹੈ ਨਾ ਆਪਣੇ ਤੋਂ ਉਹਨਾਂ ਦਾ ਤਗੜੇ ਨੂੰ ਫੜੋ ਜਿਹੜਾ ਭਾਜੀ ਆਪਣੇ ਨੂੰ ਭਾਈ ਫੜਦਾ ਪਿਆ ਆਪਣੇ ਦਾ ਤਗੜਾ ਆ 14 15 16 17 18 ਕਰੇ ਤਗੜੇ ਕੀ ਨਹੀਂ ਭਾਈ ਪੁੱਛੋ ਬੱਚਿਆ ਆਪਾਂ ਵੀ ਚੱਲ ਬਾਪੂ ਆਪਣਾ ਹੈਗਾ ਹੀ ਨੋ ਟਾਊਨ 'ਚ ਆਪਾਂ ਲਈ ਨਹੀਂ ਵਿੱਢੀ ਗਏ ਕੋਈ ਚੱਕਰ ਨਹੀਂ ਆਪਾਂ ਆ ਵੀ ਬਰੀ ਸ਼ੁਰੂ ਨਹੀਂ ਕਰਾਇਆ ਭਾਈ ਹੁਣ ਡੈਡੀ ਕਹਿੰਦੇ ਜਾਂ ਰਹਿਣ ਦੇ ਮਗਰ ਨਹੀਂ ਜਿਹੜੀ ਮੈਂ ਹੁਣ ਮੇਰੀ ਮਾਤਾ ਜੀ ਮੇਰੇ ਮਾਤਾ ਬਾਹਰ ਗਏ ਜਿੱਦਾਂ ਕੈਨੇਡਾ ਦੇ ਵਿੱਚ ਹਾਂਜੀ ਹਾਂਜੀ ਅਤੇ ਮੈਂ ਹੁਣ ਢਪਾਈ ਜਾਂਦਾ ਇਹਨਾਂ ਦੇ ਲਾਗੇ ਪਿੰਡ ਆ ਨਾਲ ਹੀ ਜਿੱਦਾਂ ਅਸੀਂ ਇਕੱਠੇ ਹੁਣ ਉੱਥੇ ਮਿਹਨਤ ਲਾਉਂਦੇ ਆਪਣੀ ਗਰਾਊਂਡ ਵਿੱਚ ਵਧੀਆ ਭਾਜੀ ਆਪਣਾ ਆਪਣਾ ਪਿੰਡ ਨਿਭਣਾ ਨਾ ਸਾਰਾ ਮੇਰਾ ਭਾਜੀ ਪਿੰਡ ਨਿਭਣਾ ਹਾਂ ਜਿੱਦਾਂ ਹੁਣ ਭਾਜੀ ਆਪਣੇ ਕਾਲੇ ਭਾਈਆਂ ਖੇਡਦੇ ਆ ਹਾਂਜੀ ਹਾਂਜੀ ਬਲਕਾਰ ਜੋਲ ਹੋਣੀ ਭਾਈ ਜੋਰਪੁਰ ਦੇ ਭਾਜੀ ਉਹਨਾਂ ਨੇ ਹੁਣ ਆਪਣੀ ਸਪੋਰਟਸ ਵਾਰਡ ਕੀਤੀ ਆ ਅੱਛਾ ਉਹਨਾਂ ਨੇ ਭਾਜੀ ਹੁਣ ਦੁਬਾਰਾ ਇੱਥੇ ਤੱਕ ਸਾਨੂੰ ਪਹੁੰਚਾਇਆ ਭਾਜੀ ਨਾਲ ਜਿੱਦਾਂ ਜੱਸਾ ਕਾਲੇ ਭਾਈਆਂ ਟੀਮ ਟੂ ਬਣਾਉਂਦਾ ਇਹਨਾਂ ਨੇ ਮਾੜੀ ਮੋਟੀ ਹੈਲਪ ਕੀਤੀ ਭਾਈ ਇਹਨਾਂ ਨੇ ਪਹੁੰਚਾਇਆ ਆਪਣੀ ਤਾਂ ਭਾਈ ਆਪਣੇ ਬਲਕਾਰ ਭਾਈ ਹੋਣੀ ਵਧੀਆ ਜਿੱਦਾਂ ਹੁਣ ਨਿਊ ਉਹਦੇ ਯੂ ਐੱਸ ਏ ਦੇ ਵਿੱਚ ਸੀਗੇ ਆਪਣੇ ਭਰਾ ਤਿੰਨ ਚਾਰ ਜਿਹੜੇ ਅਮਨਾ ਭਾਜੀ ਹੋ ਗਿਆ ਹੈ ਨਾ ਆਪਣੇ ਦੂਜਾ ਸੁੱਖਾ ਭਾਜੀ ਹੋ ਗਿਆ ਸੁਖਦੀਪ ਭਾਜੀ ਹੋ ਗਿਆ ਇਹਨਾਂ ਨੇ ਆਪਣੀ ਬੱਬੂ ਭਾਈ ਉਹਨਾਂ ਨੇ ਬਹੁਤ ਸਪੋਰਟ ਕੀਤੀ ਭਾਜੀ ਇੱਥੇ ਆਏ ਸੀਗੇ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਖੇਡਦਾ ਆ ਜਿੱਦਾਂ ਨਾ ਮਿਹਨਤ ਕਰ ਕਹਿੰਦੇ ਮਤਲਬ ਸਪੋਰਟ ਕੀਤੀ ਕਿਸੇ ਵੱਲੋਂ ਕਹਿੰਦੇ ਤੈਨੂੰ ਕੋਈ ਵੀ ਚੀਜ਼ ਦੀ ਲੋੜ ਆ ਤੂੰ ਦੱਸ ਇੱਕ ਵਾਰੀ ਪਰ ਭਾਜੀ ਇੰਨਾ ਹੀ ਬਹੁਤ ਹੁੰਦਾ ਕਿ ਭਾਜੀ ਕੋਈ ਬੰਦਾ ਸਪੋਰਟ ਕਰੇ ਇੰਨਾ ਕਹਿ ਦੇਵੇ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਆ ਆਪਾਂ ਭਾਜੀ ਭੁੱਖੇ ਥੋੜ੍ਹਾ ਕਿਸੇ ਚੀਜ਼ ਦੀ ਹੈ ਨਾ ਉਹ ਤਾਂ ਮਾਲਕ ਨੇ ਦੇ ਹੀ ਦੇਣਾ ਜੋ ਆਪਣੇ ਕਿਸਮਤ 'ਚ ਮਿਲ ਗਿਆ ਹੁਣ ਆਪਣੇ ਮਾਮਾ ਜੀ ਆ ਜਿੱਦਾਂ ਮੇਰੇ ਕੈਨੇਡਾ ਨਿਊਜ਼ੀਲੈਂਡ ਆਪਣੇ ਉੱਥੇ ਇੰਗਲੈਂਡ ਦੇ ਵਿੱਚ ਉਹ ਵੀ ਆਪਣੀ ਪੂਰੀ ਸਪੋਰਟ ਕਰਦੇ ਹੁਣ ਇਸ ਟਾਈਮ ਆਏ ਸੀ ਇੱਥੇ ਬਾਹਰੋਂ ਆਏ ਕੱਲ੍ਹ ਉਹ ਮੈਨੂੰ ਕਹਿੰਦੇ ਮੈਂ ਤੇਰੇ ਨਾਲ ਜਾਣਾ ਮੈਚ ਦੇਖਣ ਮੈਂ ਕਿਹਾ ਨਹੀਂ ਮੈਂ ਲੈ ਕੇ ਨਹੀਂ ਜਾਣਾ ਮੈਂ ਕਿਹਾ ਮੈਂ ਨਰਵਸ ਹੋ ਜਾਣਾ ਮੈਂ ਤੁਹਾਨੂੰ ਮੈਂ ਲਾਈਵ ਲੋਕੇਸ਼ਨ ਭੇਜ ਦੇਣਾ ਉਹ ਦੂਜਾ ਭੇਜ ਦੇਣਾ ਤੁਹਾਨੂੰ ਲਿੰਕ ਤੁਸੀਂ ਉੱਤੇ ਦੇਖ ਲਿਓ ਉਹਨਾਂ ਨੂੰ ਖਿਚਾ ਆ ਭਾਅ ਜੀ ਕਿਉਂਕਿ ਮੇਰੇ ਬਾਪੂ ਨੇ ਬਹੁਤ ਤਕੜੀ ਕਬੱਡੀ ਖੇਡੀ ਉਹਨਾਂ ਨੂੰ ਇਹ ਆ ਕਿ ਉਹਦਾ ਮੁੰਡਾ ਗਾਂਹ ਹੋਰ ਵਧੀਆ ਹੋਵੇ ਨਾ ਜਿੱਦਾਂ ਹੁੰਦਾ ਹੀ ਆ ਭਾਅ ਜੀ ਘਰ ਦੀ ਗਰੀਬੀ ਚੱਕਣੀ ਹੁੰਦੀ ਭਾਅ ਜੀ ਜਿੱਦਾਂ ਕਬੱਡੀ ਵਿੱਚ ਹੁਣ ਤੁਹਾਨੂੰ ਪਤਾ ਪੈਸਾ ਆ ਗਿਆ ਬਹੁਤ ਇਹ ਤਾਂ ਗੱਲ ਭਾਈ ਕੋਚਣ ਵੀ ਸੋਚਣਾ ਚਾਹੀਦਾ ਜਿੰਨਾ ਬੰਦਾ ਜ਼ਿਆਦਾ ਟਾਈਮ ਖੇਡਿਆ ਭਾਈ ਸੋਚਣ ਪਲੇਅਰ ਦਾ ਉਹਨਾਂ ਕੋਈ ਭਾਈ ਥੋੜ੍ਹੀ ਮਾੜੀ ਮਦਦ ਕਰਨ ਪਰ ਕੋਚ ਵੀ ਭਾਈ ਨੰਬਰ ਨੂੰ ਸਲਾਮਾਂ ਨੰਬਰ ਲੈਂਦੇ ਤੇ ਭਾਈ ਉਹ ਕਰੀਏ ਮੱਖਣ ਦਾ ਸਾਥ ਕਿੱਦਾਂ ਠੀਕ ਆ ਭਾਈ ਮੱਖਣ ਹੁਣ ਆਉਂਦਾ ਪਿਆ ਉਹਦਾ ਵੀ ਭਾਈ ਬਾਵਾ ਤਗੜਾ ਖੇਡਿਆ ਵੀ ਆਉਂਦਾ ਪਿਆ ਨਾ ਇੱਥੇ ਖੇਡਦੇ ਆਉਂਦਾ ਪਿਆ ਇੱਥੇ ਇੱਥੇ ਖੇਡਣਾ ਉਹਨੇ ਨਾਲ ਹੀ ਸਾਡੇ ਆਉਂਦਾ ਪਿਆ ਭਾਈ 16 ਤਰੀਕ ਨੂੰ ਉੱਥੇ ਖੇਡਣਾ ਭਾਜੀ ਦੋ ਖਿਡਾਰੀ ਬਾਹਰੋਂ ਉੱਥੇ ਟ੍ਰੈਕਟਰ ਰੱਖੇ ਆ ਆਪਣੇ ਨੂਰ ਮਹਿਲ ਅੱਛਾ ਇੱਬਣ ਦੀ ਟੀਮ ਐਂਟਰ ਕਰਾਉਣੀ ਉੱਥੇ ਵਧੀਆ ਕੀਤਾ ਗਿਆ ਆਪਣਾ ਕੀੜੇ ਭਾਜੀ ਦੀ ਟੀਮ ਪੂਰੀ ਵਧੀਆ ਬਣੀ ਕੀੜੇ ਭਾਜੀ ਨੇ ਇਹ ਜਾਫੀ ਹੈਗੇ ਇੱਕ ਮੈਂ ਨਾਲ ਹੋਣਾ ਕੀੜੇ ਭਾਜੀ ਉਹਨਾਂ ਨੂੰ ਲੈਣ ਨਾਲ ਮੰਨਾ ਹੁੰਦੀ ਬੰਦੇ
ਇਹਦੇ ਨਾਲ ਕੀ ਹੁੰਦਾ ਬਾਈ ਚੜ ਜਾ ਤੇ ਮਨੀ ਪੱਟਾਂ ਦੇ ਇਹਨਾਂ ਰਿਲੈਕਸ ਹੀ ਆ ਹੁਣ ਚੜਦਾ ਚੜਦਾ ਭਾਰ ਬਹੁਤ ਇਹਦਾ ਕੋਈ ਇੰਨਾ ਭਾਰ ਨਹੀਂ ਕੋਈ ਚੱਕਰ ਇਹਦਾ ਵੀ ਤੇਰੇ ਜਿੰਨਾ ਹੋਣਾ ਆਪਣੇ ਬਾਡੀ ਰੈਲੀ ਹੋ ਜਾਂਦੀ ਭਾਜੀ ਇਹਨੂੰ ਅੱਛਾ ਹਾਂ ਦੂਏ ਤਰ੍ਹਾਂ ਪੈਰ ਰੱਖ ਮਨੀ ਜਿਹੜੀ ਆਪਣੇ ਖੱਲੀਆਂ ਖੁੱਲੀਆਂ ਹੁੰਦੀਆਂ ਭੰਨੀਆਂ ਜਾਂਦੀਆਂ ਸਾਰੀਆਂ ਹਾਂ ਹਾਂ ਮੜੇ ਸਾਹ ਲੈ ਠੇਕਾ ਪਟਕਾ ਦੂਏ ਤਰ੍ਹਾਂ ਪੈਰ ਰੱਖ ਨਾ ਢੇਡ ਦੇ ਅੱਧੇ ਡਾਕਟਰ ਤੱਕ ਵੱਡੀ ਵਾਲੇ ਏਡੀ ਬਣ ਜਾਂਦੇ ਹਨਾ ਭਾਜੀ ਨਹੀਂ ਰੋਜਾ 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 ਸਾਰਾ ਮੈਨੂੰ ਪਤਾ ਮੈਂ ਇੱਦਾਂ ਕਰ ਦਿੰਦਾ ਦੂਏ ਤਰ੍ਹਾਂ ਪੈਰ ਰੱਖ ਢੇਡ ਦੇ ਇੱਦਾਂ ਹਾਂ ਹਾਂ ਭਾਜੀ ਆਪਣੀ ਕਿੰਨੀ ਹਾਈਟ ਆ ਤੁਹਾਡੀ ਮੇਰੀ ਭਾਜੀ 6'2" ਆ 6'2" ਆਰਾਮ ਮਿਲਿਆ ਹਾਂ ਇੱਦਾਂ ਪੱਟਾਂ ਦਾ ਕਰ ਦੇ ਮਨੀ ਬਸ ਹਰਵਿੰਦਰ ਮੁੱਕੇ ਮਾਰਦੇ ਯਾਰ ਪੱਟਾਂ ਦੇ ਪੱਟਾਂ ਨੇ ਮੁੱਕੇ ਮਾਰਦੇ ਚੱਲ ਮਾਰ ਮੁੱਕੇ ਮਾਰਦੇ ਓਹਦੇ ਮੈਂ ਤਾਂ ਜ਼ੋਰ ਨਾਲ ਵੱਜਣਾ ਹਰਵਿੰਦਰ ਸੇਵਾ ਕਰਨ ਡਿਆ ਚੀੜੇ ਦੀ ਹੈ ਸੇਵਾ ਕਰੀ ਭਾਈ ਇੱਕ ਦੂਜੇ ਦੇ ਕਰ ਲਈ ਦੀ ਆ ਅੱਛਾ ਸੇਵਾ ਹੀ ਹੋ ਗਈ ਯਾਰ ਸੇਵਾ ਹੋ ਗਈ ਭਾਜੀ ਇਹ ਆਪਣੇ ਭਰਾਵਾਂ ਦੀ ਸੇਵਾ ਇੱਕ ਦੂਜੇ ਦੇ ਭਾਜੀ ਕਰ ਲਈ ਦੀ ਤਾਂ ਇਹਨੇ ਮੇਰੇ ਕਰ ਦੇਣੀ ਮੈਂ ਤਾਂ ਆਪ ਹੀ ਦੇ ਕਰ ਦੇਣਾ ਹੁਣ ਇਹਦੀ ਵਾਰੀ ਮੈਂ ਤਾਂ ਕਿਹਾ ਕਰਾਉਣੀ ਲੱਕ ਤੇ ਭਾਈ ਕਰਾ ਲਿਆ ਮਾੜਾ ਟੀਕਾ।